आंगनवाड़ी सेंटर वाले आए लोगों के काबू। देखो किस तरह कर रहे सन लोगों के नाल धोखाधड़ी और बच्चों के नाल वड्डे पद्धर से बेईमानी। 5 साल तो छोटे बच्चों नूं दित्ती जा रही पौष्टिक आहार की एक्सपायरी डेट की वीडियो पिंड वासियों वल्लों वायरल करन तों बाद अज छुट्टी वाले दिन सुपरवाइजर कमलदीप कौर एक्सपायरी समान नूं लैण लई जदों पिंड दे आंगनवाड़ी सेंटर पहुंचे ਤਾਂ ਪਿੰਡ ਵਾਸੀਆਂ ਨੇ ਉਹਨਾਂ ਨੂੰ ਰੋਕ ਕੇ ਪੌਸ਼ਟਿਕ ਆਹਾਰ ਦਾ ਐਕਸਪਾਇਰੀ ਹੋਣ ਦੇ ਪਿੱਛੇ ਕਿਸਦੀ ਜ਼ਿੰਮੇਵਾਰੀ ਹੈ ਬਾਰੇ ਪੁੱਛਿਆ ਤਾਂ ਡਿਊਟੀ ਦੇ ਤਨਾਤ ਉਰਮਲਾ ਨੇ ਕਿਹਾ ਕਿ ਇਹ ਸਾਰੀ ਗਲਤੀ ਮੇਰੀ ਹੈ ਅਤੇ ਪਿੰਡ ਸਾਡੇ ਵੱਲੋਂ ਹਾਲੇ ਤੱਕ ਵੀ ਇਸ ਸਮਾਨ ਦੀ ਸਪਲਾਈ ਨਹੀਂ ਕੀਤੀ ਗਈ ਹੈ। ਉੱਥੇ ਹੀ ਜਦੋਂ ਪਿੰਡ ਵਾਸੀਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ 2 ਦਿਨ ਪਹਿਲਾਂ ਹੀ ਪਿੰਡ ਵਿੱਚ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਨੂੰ ਇਹ ਪੌਸ਼ਟਿਕ ਆਹਾਰ ਦਿੱਤਾ ਗਿਆ ਹੈ ਅਤੇ ਜਿਨ੍ਹਾਂ ਔਰਤਾਂ ਤੇ ਬੱਚਿਆਂ ਨੂੰ ਇਹ ਸਮਾਨ ਦਿੱਤਾ ਗਿਆ ਹੈ ਉਹ ਵੀ ਇਸ ਮੌਕੇ ਤੇ ਆਪਣਾ ਸਮਾਨ ਲੈ ਕੇ ਪਹੁੰਚੇ ਜਿਸ ਦੀ ਤਾਰੀਖ ਨਿਕਲ ਚੁੱਕੀ ਸੀ। ਮੌਕੇ ਤੇ ਸੁਪਰਵਾਈਜ਼ਰ ਕਮਲਦੀਪ ਕੌਰ ਨੇ ਕਿਹਾ ਕਿ ਇਸ ਦੀ ਪੂਰੀ ਘਟਨਾ ਦੀ ਇਨਕੁਆਇਰੀ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਇਹਨਾਂ ਵੱਲੋਂ ਮਹਿਲਾਵਾਂ ਅਤੇ ਬੱਚਿਆਂ ਨੂੰ ਇਹ ਐਕਸਪਾਇਰੀ ਡੇਟ ਵਾਲਾ ਸਮਾਨ ਪਰੋਸਿਆ ਜਾ ਰਿਹਾ ਹੈ ਜੋ ਕਾਨੂੰਨ ਦੀ ਉਲੰਘਣਾ ਤਾਂ ਹੈ ਹੀ ਉੱਥੇ ਹੀ ਇਸ ਨਾਲ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਹੈ। ਬਾਕੀ ਤੁਸੀਂ ਖੁਦ ਦੇਖੋ ਇਹ ਕੀ ਹੈ ਪੂਰਾ ਮਾਮਲਾ। ਲਈ ਅਲਰਟ ਕਰ ਦਿੰਦੇ ਹਾਂ ਇਹਨਾਂ ਸਾਰਿਆਂ ਨੂੰ ਵੀ ਐਕਸਪਾਇਰੀ ਵਾਲਾ ਕਿਸੇ ਕੋਲੇ ਵੀ ਸੈਂਟਰਾਂ ਦੇ ਵਿੱਚ ਨਾ ਪਿਆ ਹੋਵੇ, ਪਰ ਇਹਨਾਂ ਦੀ ਜੋ ਗਲਤੀ ਹੈ ਇਹ ਆਪਣੀ ਮੰਨ ਰਹੇ ਨੇਗੇ। ਜ਼ਿਲ੍ਹਾ ਮੀਡੀਆ ਚਾਰ ਗਾਵਾਂ ਦੀ ਪਾਰਟੀ ਲੁਧਿਆਣਾ ਦਿਹਾਤੀ ਤੋਂ। ਕਿਉਂ ਮੈਟਰ ਸੀਗਾ ਜਿਹੜਾ ਉਹਦੇ ਵੀਡੀਓ ਵੀ ਵਾਇਰਲ ਹੋਈ ਸੀ ਤੇ ਤੁਸੀਂ ਆਪ ਨੂੰ ਬੜੀ ਜਲਦੀ ਪਹੁੰਚੇ? ਜਨਾਬ ਸਾਡੇ ਮਾਨਯੋਗ ਸੀਐਮ ਸ੍ਰੀ ਭਗਵੰਤ ਮਾਨ ਜੀ ਤੇ ਸਾਡੇ ਹਲਕਾ ਇੰਚਾਰਜ ਐਮਐਲਏ ਜਗਤਾਰ ਸਿੰਘ ਦਿਆਲਪੁਰਾ ਦੇ ਨਿਰਦੇਸ਼ਾਂ ਤੋਂ ਅਨੁਸਾਰ ਜੇ ਕੋਈ ਵੀ ਬੰਦਾ ਗਲਤੀ ਕਰਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ। ਸੋ ਇਸ ਦੇ ਦੇਖਦੇ ਹੋਏ ਮਤਲਬ ਕਿ ਇੱਕ ਗ੍ਰਾਮ ਸਭਾ ਜਿਹੜੀ ਗ੍ਰਾਮ ਪੰਚਾਇਤ ਹੈਗੀ ਆ ਕੋਟੜਾ ਪੜੀ ਜੀ, ਉਹਨਾਂ ਨੇ ਇੱਕ ਮੈਸੇਜ ਲਾਇਆ ਬਲਾਕ ਪ੍ਰਧਾਨ ਜੀ ਸਾਡੇ ਇੰਦਰਜੀਤ ਜੀ ਨੂੰ ਵੀ ਕਿ ਜਿਹੜਾ ਐਕਸਪਾਇਰ ਮਾਲ ਆ ਉਹ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਸੋ ਇਹਨਾਂ ਇਹ ਬਾਹਰ ਸੀਗੇ, ਇਹਨਾਂ ਨੇ ਮੇਰੀ ਡਿਊਟੀ ਲਾ ਲਈ, ਕਹਿੰਦਾ ਵੀ ਇੱਥੇ ਜਾ ਕੇ ਤੁਸੀਂ ਦੇਖੋ ਵੀ ਇਹ ਮਾਲ ਐਕਸਪਾਇਰ ਹੈਗਾ। ਸੋ ਮੈਂ ਜਦੋਂ ਆ ਕੇ ਦੇਖਿਆ ਬੜੀ ਕੁਆਂਟਿਟੀ ਦੇ ਵਿੱਚ ਜਿਹੜਾ ਹੈਗਾ ਸੀਗਾ ਉਹ ਮਾਲ ਐਕਸਪਾਇਰ ਹੋਇਆ ਸੀਗਾ। ਸੋ ਮੇਰੇ ਮਨ ਨੂੰ ਵੀ ਦੁੱਖ ਹੋਇਆ ਇਹ ਗੱਲ ਦਾ ਕਿ ਜਿਹੜਾ ਬੱਚਿਆਂ ਨੂੰ, ਗਰੀਬ ਬੱਚਿਆਂ ਨੂੰ ਦਿੱਤਾ ਜਾਣਾ ਸੀਗਾ ਜਾਂ ਪ੍ਰੈਗਨੈਂਟ ਲੇਡੀ ਨੂੰ ਦਿੱਤਾ ਜਾਣਾ ਸੀਗਾ ਜਿਹਦੇ ਨਾਲ ਉਹਨਾਂ ਦਾ ਪੋਸ਼ਣ ਹੋਣਾ ਸੀਗਾ ਸਹੀ ਤਰੀਕੇ ਨਾਲ, ਉਹ ਕਿਤੇ ਨਾ ਕਿਤੇ ਮਤਲਬ ਕਿ ਉਹਦੇ ਵਿੱਚ ਊਣਤਾਈ ਵਰਤੀ ਗਈ ਹੈ, ਉਹਨਾਂ ਤੱਕ ਸਹੀ ਜਗ੍ਹਾ ਪਹੁੰਚਿਆ ਨਹੀਂ। ਤੇ ਇਹਦੇ ਵਿੱਚ ਸਾਰਿਆਂ ਨੂੰ ਦੇਖਣ ਵਾਲੀ ਗੱਲ ਇਹ ਸੀਗੀ ਵੀ 5 ਦਿਨ ਹੋਏ ਸੀ ਹਲੇ ਐਕਸਪਾਇਰ ਹੋਏ ਨੂੰ, ਤੇ ਇੱਕ ਮਤਲਬ ਕਿ ਵਰਕਰ ਦਾ ਇਹ ਕਹਿਣਾ ਸੀਗਾ ਕਿ 5 ਦਿਨ ਹੋਏ ਨਹੀਂ ਸੀ ਹਲੇ ਐਕਸਪਾਇਰ, ਹੁਣ ਅਸੀਂ ਵੰਡ ਦੇਣਾ, ਇਹਦਾ ਮਤਲਬ ਵੀ ਐਕਸਪਾਇਰ ਹੋਇਆ ਵੰਡਦੇ ਨੇ। ਸੋ ਮੈਂ ਇਹ ਗੱਲ ਤਾਂ ਕਰਕੇ ਮਤਲਬ ਕਿ ਮੀਡੀਆ ਸਾਹਮਣੇ ਜੱਗ ਜ਼ਾਹਰ ਕੀਤੀ ਸੀ ਕਿ ਇੱਥੇ ਨਹੀਂ ਇਹ ਹੋ ਸਕਦਾ ਪੂਰੇ ਪੰਜਾਬ ਦੇ ਵਿੱਚ ਇਦਾਂ ਹੀ ਹੁੰਦਾ ਹੋਵੇ, ਕਿਉਂਕਿ ਜਿਹੜੀ ਸਰਕਾਰ ਹੈ ਉਹ ਸਮਾਨ ਦੇ ਵਿੱਚ ਕੋਈ ਕਮੀ ਨਹੀਂ ਮੈਂ ਉਹ ਛੱਡ ਰਹੀ, ਸਾਰਾ ਸਮਾਨ ਆ ਰਿਹਾ ਪ੍ਰੋਪਰ, ਪਰ ਵੰਡਣ ਵਾਲੇ ਵਿੱਚ ਕਿਤੇ ਨਾ ਕਿਤੇ ਕਮੀ ਹੈਗੀ ਆ। ਸੋ ਇਹਨਾਂ ਨੂੰ ਦੂਰ ਕਰਨੀ ਚਾਹੀਦੀ ਹੈ, ਚਾਹੇ ਪ੍ਰਸ਼ਾਸਨ ਨੇ ਇਹਨਾਂ ਨੂੰ ਐਕਸਪਾਇਰ ਡੇਟ ਭੇਜਿਆ ਜਾਂ ਲੇਟ ਭੇਜਿਆ। ਸੋ ਇਹਨਾਂ ਨੂੰ ਇਹ ਹੁਣ ਤਾਂ ਹੀ ਦੂਰ ਕਰਨੀ ਚਾਹੀਦੀ ਹੈ ਤਾਂ ਜੋ ਜਿਹੜਾ ਆਪਣਾ ਆਉਣ ਵਾਲਾ ਭਵਿੱਖ ਆ ਉਹ ਸਹੀ ਹੱਥਾਂ ਵਿੱਚ ਜਾਵੇ, ਉਹਨਾਂ ਦਾ ਪੋਸ਼ਣ ਜਿਹੜਾ ਹੈਗਾ ਸਹੀ ਤਰੀਕੇ ਨਾਲ ਹੋਵੇ। ਤੇ ਜਿਵੇਂ ਹੁਣ ਸਰਕਾਰੀ ਨੁਮਾਇੰਦੇ ਜਿਹੜੇ ਹੈਗੇ ਨੇ, ਜਿਹੜੇ ਜਿਹਨਾਂ ਨੂੰ ਆਪਾਂ ਅਫਸਰ ਕਹਿੰਦੇ ਆ, ਕੀ ਉਹਨਾਂ ਤੋਂ ਚੈੱਕ ਕਰਨਾ ਫਰਜ਼ ਨਹੀਂ ਬਣਦਾ? ਸਰ ਦੇਖੋ ਡਿਊਟੀ ਤਾਂ ਹੁਣ ਸਰਕਾਰ ਦਾ ਕੰਮ ਹੁੰਦਾ ਸਰਕਾਰ ਨੂੰ ਚਲਾਉਣਾ, ਪਰ ਜਿਹੜੀ ਹੈਗੀ ਆ ਬਿਊਰੋਕਰੇਸੀ ਉਹ ਹਰੇਕ ਸਰਕਾਰ ਦੇ ਵਿੱਚ ਰਹਿੰਦੀ ਹੈ, ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਕੀ ਕੰਮ ਕਰਨਾ, ਸਾਡਾ ਕੰਮ ਕੀ ਹੈ। ਸੋ ਇਹਨਾਂ ਨੇ ਕਿਤੇ ਨਾ ਕਿਤੇ ਹੁਣ ਤਾਂ ਹੀ ਇਹਨਾਂ ਦੀ ਹੋ ਰਹੀ ਹੈ ਕਿ ਇਹਨਾਂ ਨੇ ਆਪਣਾ ਸਹੀ ਕੰਮ ਜਿਹੜਾ ਸਹੀ ਤਰੀਕੇ ਨਾਲ ਨਹੀਂ ਕੀਤਾ, ਤਾਂ ਕਰਕੇ ਇਹ ਸਮਾਨ ਬਚਿਆ। ਜੇ ਮਤਲਬ ਕਿ ਇਹਨਾਂ ਨੂੰ ਲੱਗਦਾ ਵੀ ਸੀਗਾ ਵੀ ਐਕਸਪਾਇਰ ਹੋਣੇ ਵਾਲਾ ਪਹਿਲਾਂ ਹੀ ਵੰਡਿਆ ਜਾ ਸਕਦਾ ਸੀਗਾ, ਹੁਣ ਦੀਵਾਲੀ ਨੂੰ ਹਲੇ ਤਕਰੀਬਨ 2-3 ਦਿਨ ਲੱਗ ਗਏ। ਕਮਲਦੀਪ ਕੌਰ ਆ ਜੀ, ਇਹ ਜਿਹੜਾ ਸਮਾਨ ਹੈ ਕਦੋਂ ਮਿਲਿਆ ਸੀ ਤੁਹਾਨੂੰ? ਸਮਾਨ ਤੁਹਾਨੂੰ ਥੋੜੇ ਦਿਨ ਪਹਿਲਾਂ ਮਿਲਿਆ ਜੀ। ਉਹਨਾਂ ਨੇ ਸਾਨੂੰ ਸਮਾਨ ਦਿੱਤਾ, ਕਹਿੰਦੇ ਵੀ ਹੁਣ ਆਇਆ ਸਮਾਨ ਇਹ।
पैकेट खुला मैं देखे उदो डेट देखी है डेट नंगी हुई है पहला भी असिं भी खराब समान दिता है वो कहने भी नहीं भी सही है भी ए हूं आया है समान देना बच्चों का चादर नहीं देने की लोड़ नहीं है जो एक्सपायरी माल आया जो पकड़ा गया की कारण समान उपर आई क्योंकि थोड़ा जा टाइम आ चलो सब तो गलती हो गई जान नहीं होगी वैसे जो समान आता है आप चेकिंग कर दे अपने को कितना समान पे है कि डेट का पे है कि वंडिया जाना है हाँ कर चेकिंग जो तो समान दिता जाता कि किन्ना दिता जाता पैगोल नगर नरसिंह नगर छे तो तीन बच्चे तीन तो छे दिन कि जन दिता जाता समान उ सैंती है सैंती लागत रही बच कि गया थोड़ा अपना जो एक्सपायर वापस लेके जा रहे हैं ते लेके जावांगे इन्हां नूं कवरी पावांगे इत्थे गलती किहदी बनी जांदी जिहड़ा एक्सपायरी गलती एक्सपायरी ते फिलहाल तां वर्कर दी हैगी क्योंकि इन्हें क्यों नहीं वंडिया हैगा क्योंकि असि बार बार कहते भी इन्हों भी वंडो भाई किसी को सेंटर नहीं होना चाहिए मैडम देखा जाए तो इतने गर्भवती औरतों को दिता जाता है समान जो बाई चांस कोई गलबात हो जाए तो कौन की जिम्मेवारी है देखो एक्सपायरी तो एक्सपायरी दे विच तो सिर्फ वही है जो गर्भवतियां नू हैगा है वह तो उन्ना वंड नहीं सकते असि जिम्मेवारी नहीं सारा चक के दफ्तर पहुंचदा करांगे ते उन्हां नूं इन्हां नूं जो उन्हां दी सजा होगी उन्हां दवांगे नाल रिकवरी पावांगे की ये जिहड़ा समान मिलिया तुहानूं किहदा ये सही नहीं है कदों तुहानूं किवें पता लग्गिया ये मैं बनाया था
खान लगे कौड़ा ऐ कुरकरे खान लगे कौड़े अस बना के सुटिया वेट मैं तो अनपढ़ा मैं वो नहीं देखे मैं तो अनपढ़ा जो कोई कौड़ा निकले समान फिर आंगनबाड़ी सेंटर वाले गल की मैं नहीं गया जी यही गए ने मांग करते हैं समान देना वधिया ਸਾਬਕਾ ਸੂਬੇਦਾਰ ਬਲਜੀਤ ਸਿੰਘ ਤੇ ਜਿਹੜਾ ਉਹ ਆਂਗਨਵਾੜੀ ਸੈਂਟਰ ਦੇ ਵਿੱਚ ਐਕਸਪਾਇਰ ਮਾਰ ਪਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਵੈਸੇ ਤਾਂ ਮੈਂ ਇੱਥੇ ਕੰਮ ਵੀ ਕਰਵਾ ਰਿਹਾ ਸੀ ਜਿਹੜਾ ਕਲੀ ਵਗੈਰਾ ਕਰਾਉਣੀ ਹੈ ਤਾਂ ਮੈਂ ਜਦੋਂ ਇੱਥੇ ਥੈਲੇ ਪਾਏ ਦੇਖੇ ਤੇ ਉਹਦੀ ਡੇਟ ਦੇਖੀ ਤੇ ਉਹਦੀ ਡੇਟ ਐਕਸਪਾਇਰੀ ਸੀ ਤੇ ਮੈਂ ਆਪਣੇ ਜਿਹੜਾ ਸਾਡੇ ਪੰਚ ਹੈ ਇਹਨੂੰ ਵੀ ਇਹਦੇ ਬਾਰੇ ਗੱਲਬਾਤ ਕੀਤੀ ਤੇ ਇਹਨੂੰ ਆਪਣੇ ਜੋ ਬਲਾਕ ਇੰਚਾਰਜ ਹੈ ਆਪ ਵਾਲੇ ਇਹਨਾਂ ਨੂੰ ਗੱਲ ਕੀਤੀ ਵੀ ਬਾਈ ਆਹ ਐਕਸਪਾਇਰੀ ਹੈ ਇਹਦਾ ਕੀ ਕਰਨਾ इन्होंने अपने अगे गुरप्रीत जी की ड्यूटी लाई उन्होंने फिर जो भी है कल अपने लैब होया ही है वो आप सारे पता ही है।